ਜੀ ਦੇਖ ਰਿਹਾ ਹਾਂ ਜੀ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸੰਧਵਾਲੀਆ ਤੇ ਅੱਜ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਬਨੂ ਸਾਹਿਬ ਨਾਲ ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਜੋ ਕੋਰੋਨਾ ਵਾਲੀ ਗੱਲਬਾਤ ਹੈ ਉਹ ਵੀ ਥੋੜੀ-ਬਹੁਤ ਛੇੜਾਂਗੇ ਪਰ ਦੇਸ਼ ਮਹਾਨ ਦੀ ਇਕਨੋਮੀ ਜਿਹੜੀ ਹੈ ਜੀ ਉਹ ਲਗਭਗ ਚੂੜਾਂ ਹਿਲ ਗਈਆਂ ਨੇ ਕਿਉਂਕਿ ਜੀਡੀਪੀ ਦਾ ਜਿਹੜਾ ਜੋ ਵੀ ਡਾਟਾ ਆਇਆ ਉਹਦੇ ਵਿੱਚ ਜਿੰਨੀ ਚਲੋ ਕਿ ਪਿੱਛੇ ਗਈ ਹੈ ਉਹ ਸਾਰੇ ਕੁਸ਼ ਨੂੰ ਵੀ ਲੋਕ ਜਾਂ ਵਿਰੋਧੀ ਪਾਰਟੀਆਂ ਹੁਣ ਚੱਕਣ ਲੱਗ ਪਈਆਂ ਸਰਕਾਰ ਉਹਦੇ ਉੱਤੇ ਕੀ ਕਹਿੰਦੀ ਹੈ ਉਹ ਵੀ ਸਮਝਾਂਗੇ ਫਿਰ ਕੁਝ ਖਬਰਾਂ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਵੀ ਹੈਗੀਆਂ ਨੇ ਜਿਹਦੇ ਵਿੱਚ ਆਪਾਂ ਸ਼ਾਲੀ ਹਫਤੇ ਦੀ ਗੱਲ ਵੀ ਕਰਨੀ ਕਿਉਂਕਿ ਉਹਨਾਂ ਨੇ ਹੁਣ ਇੱਕ ਜਿਹੜੀ ਚੀਜ਼ ਦੁਬਾਰਾ 5 ਸਾਲ ਬਾਅਦ ਰਿਪੀਟ ਕੀਤੀ ਹੈ ਉਹਦਾ ਕੀ ਲਿੰਕ ਬਣਦਾ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਆਪਾਂ ਸਭ ਬਹੁਤ-ਬਹੁਤ ਸਵਾਗਤ ਜੀ ਜੀ ਸ਼ੁਕਰੀਆ ਹੁਣ ਸਭ ਮੈਂ ਪਹਿਲਾਂ ਤਾਂ ਕਰੋਨੇ ਬਾਰੇ ਥੋੜੀ ਜੀ ਗੱਲ ਕਰਨੀ ਚਾਹੁੰਨਾ ਕਿ ਹੁਣ ਥੋੜੇ ਦਿਨਾਂ ਤੋਂ ਇਦਾਂ ਲੱਗਣ ਲੱਗਿਆ ਹੈ ਕਿ ਜਿਵੇਂ ਸਰਕਾਰ ਥੋੜੀ ਜੀ ਸਤਰਕ ਹੋਈ ਹੈ ਤੇ ਅਵੇਅਰਨੈਸ ਫਲਾਉਣ ਵਾਲੇ ਪਾਸੇ ਵੀ ਕੰਮ ਸ਼ੁਰੂ ਹੋਇਆ ਕਿ ਅਫਵਾਹਾਂ ਤੋਂ ਬਚੋ ਤੇ ਇਹ ਨੂੰ ਕਿਵੇਂ ਦੇਖਦੇ ਹੋ ਜਿਹੜੇ ਤੁਸੀਂ ਅਵੇਅਰਨੈਸ ਕਹਿੰਦੇ ਹੋ ਜਾਗਰੂਕਤਾ ਕਹਿੰਦੇ ਹੋ ਲੋਕਾਂ ਨੂੰ ਅਕਲ ਵੰਡਣੀ ਕਹਿੰਦੇ ਹੋ ਜੀ ਇਹ ਪੰਜਾਬ ਚ ਪੰਜਾਬ ਤੋਂ ਪਰੇ ਇੱਕ ਤੇ ਜੀ ਬਾਕੀ ਸਮਾਂ ਤੇ ਸਭ ਕੁਝ ਨਾਰਮਲ ਚੱਲਦਾ ਪਿਆ ਆਮ ਵਰਗੀ ਜ਼ਿੰਦਗੀ ਚੱਲਦੀ ਪਿਆ ਸਾਡੇ ਪ੍ਰਧਾਨ ਮੰਤਰੀ ਦੀ ਕਿਸੇ ਤਕਰੀਰ ਦਾ ਹਿੱਸਾ ਹੁਣ ਕੋਰੋਨਾ ਵਾਇਰਸ ਨਹੀਂ ਹੁੰਦਾ ਬਿਲਕੁਲ ਸਹੀ ਜਿਹੜਾ ਪ੍ਰਧਾਨ ਮੰਤਰੀ 22 ਤੇ 24 ਮਾਰਚ ਨੂੰ ਮੁੜਮੁੜ ਕੇ ਦਾ ਜ਼ਿਕਰ ਕਰਦਾ ਸੀ ਉਹ ਕਹਿੰਦਾ ਸੀ ਅਸੀਂ ਇਹ ਜੰਗ ਜਿੱਤਣੀ ਹੈ ਉਸ ਪ੍ਰਧਾਨ ਮੰਤਰੀ ਨੂੰ ਹੁਣ ਇਦਾਂ ਸਮਝਦਾ ਜਿਹਾ ਜਾਂਦਾ ਕਿ ਗੱਡੀ ਹੁਣ ਨਿਵਾਣਾ ਤੋਂ ਵਾਪਸ ਕੇ ਲੱਗਾ ਵਧ ਰਹੀ ਜਾਂਦੀ ਹੈ ਥੱਲੇ ਨੂੰ ਹੁਣੇ ਰੁਕਣੀ ਨਹੀਂ ਜੀ ਉਹਨੂੰ ਕੋਈ ਚਿੰਤਾ ਹੀ ਨਹੀਂ ਜਾਂਦੀ ਉਹਦੇ ਜਿਹੜੇ ਵੱਡੇ ਵੱਡੇ ਏਲਚੀ ਨੇ ਹਾਲਾਂਕਿ ਉਹਦੇ ਸਰਕਾਰ ਦੇ ਵਿੱਚ ਨੰਬਰ 2 ਗਿਣਿਆ ਜਾਂਦਾ ਭਾਜਪਾ ਦਾ ਸਾਬਕਾ ਪ੍ਰਧਾਨ ਤੇ ਅੱਜ ਦਾ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਬੜਾ ਵੱਡਾ ਕਸ਼ਟ ਘਟ ਕੇ ਹਸਤਾਚ ਹੁਣ ਬੜੀ ਦੂਰੋਂ ਜਾ ਕੇ ਮੁੜਿਆ ਜੀ ਇਹਦੇ باوجود ਪ੍ਰਧਾਨ ਮੰਤਰੀ ਦੀ ਕਿਸੇ ਤਕਰੀਰ 'ਚ ਕਰੋਨਾ ਦਾ ਹੁਣ ਕੋਈ ਜ਼ਿਕਰ ਨਹੀਂ ਲੱਭਦਾ ਜੀ ਉਹਦੇ ਤੋਂ ਲੱਗਦਾ ਕਿ ਜਿੱਥੇ ਜ਼ਿਕਰ ਕਰਨ ਦੀ ਲੋੜ ਉੱਥੇ ਨਹੀਂ ਹੋ ਰਿਹਾ ਹੁਣ ਜਿਹੜਾ ਥੱਲੇ ਆ ਸਾਡੇ ਪੰਜਾਬ ਦੇ ਵਿੱਚ ਕੁਝ ਮਾਮਲਿਆਂ 'ਚ ਲਾਪਰਵਾਹੀ ਹੋਈ ਹੈ ਖਾਸ ਤੌਰ ਤੇ ਪ੍ਰਚਾਰ ਦੇ ਪੱਖ ਤੋਂ ਜੀ ਔਰ ਪ੍ਰਚਾਰ ਦੇ ਪੱਖ ਤੋਂ ਇਹ ਵੀ ਆ ਕਿ ਮੰਤਰੀ ਤੇ ਦੂਜੇ ਤੇ ਜੀ ਰਲੀਫ ਵੰਡਣ ਲੱਗੇ ਰ ਰਲੀਫ ਦੇ ਬਹਾਨੇ ਜਾ ਕੇ ਸੈਲਫੀਆਂ ਖਚਾਉਣ ਲੱਗੇ ਰ ਇਹਨਾਂ ਚੋ ਕਿਸੇ ਨੇ ਵੀ ਲੋਕਾਂ ਨੂੰ ਇਸ ਗੱਲ ਵਾਸਤੇ ਜਾਗਰਿਤ ਨਹੀਂ ਕੀਤਾ ਕਿ ਬਿਮਾਰੀ ਅੰਦਰੇ ਅੰਦਰ ਤੁਹਾਡੀ ਜੈ ਪੈਲਰੀ ਆ ਜੀ ਵਿਚਾਰ ਰੱਖੋ ਜਿਹੜੇ ਲੋਕ ਅਫਵਾਹਾਂ ਫੈਲਾਉਂਦੇ ਸੀ ਅਫਵਾਹਾਂ ਦੇ ਮਾਮਲੇ 'ਚ ਜਦੋਂ ਪਹਿਲੇ ਦਿਨ ਇਹ ਗੱਲ ਸਾਹਮਣੇ ਆਈ ਸੀ ਔਰ ਕੁਝ ਵੀਡੀਓ ਸਾਹਮਣੇ ਆਏ ਅਗੇ ਸਨ ਕੁਝ ਗੁਰਦਾਰੇ 'ਚ ਅਨਾਉਂਸਮੈਂਟ ਹੋਈ ਸੀ ਸਰਕਾਰ ਉਸੇ ਦਿਨ ਟੁੱਟ ਕੇ ਕਿਉਂ ਨਾ ਪਈ ਜੀ ਜਦੋਂ ਪਹਿਲੀ ਅਨਾਉਂਸਮੈਂਟ ਹੋਈ ਸੀ ਜਿਹਨੇ ਕੀਤੀ ਸੀ ਉਸ ਬੰਦੇ ਨੂੰ ਜਾ ਕੇ ਨੱਪ ਲਿਆ ਜਾਂਦਾ ਕਿ ਤੂੰ ਇਹ ਦੱਸ ਕਿ ਤੈਨੂੰ ਕਿਹਨੇ ਆਖਿਆ ਅੰਗੇ ਕੱਢ ਦੇ ਜੀ ਦਸ ਕਿਹੜੇ ਹਸਤਾਜ ਕਟੇਗੇ ਬਿਲਕੁਲ ਸਹੀ ਤੇਰੇ ਕੋਲ ਕੋਈ ਹੋਜੀ ਮਿਸਾਲ ਹੈਗੀ ਐ ਅੱਗੋਂ ਇਹ ਬਿਮਾਰੀ ਫੈਲਦੀ ਨਾ ਸਰਕਾਰ ਚੁੱਪ ਕੀਤੀ ਰਹੀ ਉਸ ਸੰਬੰਧਿਤ ਜ਼ਿਲ੍ਹੇ ਦੇ ਪੁਲਿਸ ਵਾਲੇ ਵੀ ਤੇ ਸਿਵਲ ਵਾਲੇ ਵੀ ਸਾਰੇ ਅਫਸਰ ਵੀ ਚੁੱਪ ਕੀਤੇ ਰਹੇ ਕਿਸੇ ਨੇ ਪਰਵਾਹ ਹੀ ਨਹੀਂ ਕੀਤੀ ਚਲ ਕੋਈ ਨਹੀਂ ਹੋਣੀ ਬੋਲਦੇ ਹੁੰਦੇ ਜੀ ਜਦੋਂ ਗੱਲ ਬਹੁਤ ਦੂਰ ਤੱਕ ਚਲੀ ਗਈ ਮਾਲਵੇ ਤੋਂ ਤੁਰਿਤ ਤੁਰਦੀ ਤਰਦੀ ਮਾਝੇ ਤੇ ਦਵਾਬੇ ਤੱਕ ਆ ਗਈ ਫਿਰ ਸਰਕਾਰ ਨੇ ਚੌਕਸੀ ਵਧਾਈ ਹੁਣ ਪੁਲਿਸ ਨੂੰ ਵੀ ਆਖਿਆ ਤੇ ਸਿਵਲ ਅਫਸਰ ਨੂੰ ਵੀ ਆਖਿਆ ਕਿ ਜਿੱਥੇ ਕਿਤੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਦੀ ਹੈ ਵੀਡੀਓ ਹੋਵੇ ਆਡੀਓ ਹੋਵੇ ਜਾਂ ਕੋਈ ਅਨਾਉਂਸਮੈਂਟ ਹੋਵੇ ਜਾਂ ਕਿ ਕਾਰਵਾਈ ਕਰਦੇ ਹੋ ਜੀ ਨਾਲ ਦੀ ਨਾਲ ਜਿਹੜੇ ਆਡੀਓ ਤੇ ਵੀਡੀਓ ਮੈਸੇਜ ਆਉਣੇ ਸ਼ੁਰੂ ਹੋਏ ਆ ਸਰਕਾਰ ਵੱਲੋਂ ਜਾਂ ਕੁਝ ਸ਼ਕਤੀਤਾ ਵੱਲੋਂ ਕਿ ਸਭ ਕੁਝ ਤੁਸੀਂ ਗਲਤ ਪਰਮ ਵਿੱਚ ਫਿਰਦੇ ਹੋ ਬਿਮਾਰੀ ਫੈਲ ਰਹੀ ਆ ਜਾਂ ਤੁਸਾਂ ਇਲਾਜ ਨਾ ਕਰਿਆ ਆ ਜਿਹੜੇ ਬੰਦੇ ਤੁਹਾਨੂੰ ਚੁੱਕਦੇ ਆ ਜਿਹੜੇ ਅਫਵਾਹਾਂ ਫੈਲਾਉਂਦੇ ਆ ਇਹਨਾਂ ਤੁਹਾਡੀ ਥਾਂ ਨਹੀਂ ਮਰਨਾ ਆਪਣਾ ਬਚਾ ਕਰੋ ਲੋਕਾਂ ਨੂੰ ਸਮਝਾਉਣ ਵਾਲੀਆਂ ਨੇ ਆਡੀਓ ਤੇ ਵੀਡੀਓ ਹੁਣ ਆ ਰਹੀ ਹੈ ਬਿਲਕੁਲ ਸਹੀ ਕਿ ਪਹਿਲਾਂ ਆਉਣੀਆਂ ਚਾਹੀਦੀ ਸੀ ਜੀ ਲੇਟ ਕਰ ਲਿਆ ਕੇਂਦਰ ਸਰਕਾਰ ਵਾਲੇ ਮਾਮਲੇ 'ਚ ਮੈਂ ਖਾਸ ਤੌਰ ਤੇ ਕਹਿੰਨਾ ਕਿ ਐਸ ਵੇ ਅੰਕੜੇ ਵੀ ਇਹਨਾਂ ਦੇ ਪੂਰੇ ਨਹੀਂ ਮਿਲਦੇ ਬਿਲਕੁਲ ਸਹੀ ਜਿੰਨੇ ਅੰਕੜੇ ਸੂਬਿਆਂ ਵਿੱਚ ਨੇ ਕੇਂਦਰ ਦੇ ਅੰਕੜੇ ਉਹਨਾਂ ਤੋਂ ਵੀ ਪਿੱਛੇ ਹੁੰਦੇ ਆ ਜਿਹੜੇ ਅੰਕੜੇ ਵਰਲਡ ਲੈਵਲ ਤੇ ਦੱਸੇ ਜਾਂਦੇ ਨੇ ਵਰਲਡੋਮੀਟਰ ਦੱਸ ਰਿਹਾ ਕੇਂਦਰ ਸਰਕਾਰ ਦੇ ਅੰਕੜੇ ਉਹਦੇ ਤੋਂ ਵੀ ਪਿੱਛੇ ਹੁੰਦੇ ਆ ਤੇ ਫਿਰ ਕੇਂਦਰ ਸਰਕਾਰ ਦੇ ਅੰਕੜੇ ਕਿੱਥੇ ਆ ਕੇਂਦਰ ਸੇਠਾ ਸੂਬਿਆਂ ਨਾਲ ਮਿਲਦੇ ਆ ਨਾ ਉੱਪਰ ਸੰਸਾਰ ਨਾਲ ਮਿਲਦੇ ਆ ਇਹ ਆਪਣੀ ਦੁਨੀਆ 'ਚ ਵ ਇਹਦੇ ਤੋਂ ਲੱਗਦਾ ਕਿ ਕਿਤਨਾ ਕਿਤੇ ਕੁਝ ਜਿਹੜੀ ਹੈਗੀ ਆ ਜਿੰਨੀ ਤੀਖਣਤਾ ਚਾਹੀਦੀ ਆ ਜਿੰਨਾ ਤਿੱਖਾਪਨ ਚਾਹੀਦਾ ਉਹ ਹੈ ਨਹੀਂ ਉਹ ਕੇਂਦਰ ਸਰਕਾਰ ਚ ਨਹੀਂ ਚਲੋ ਕੇਂਦਰ ਸਰਕਾਰ ਦਾ ਤਿੱਖਾਪਨ ਜੇ ਕਰੋਨੇ ਵਾਲੇ ਪਾਸੇ ਨਹੀਂ ਹੈਗਾ ਤਾਂ ਹੋਰ ਦੂਸਰੇ ਪਾਸੇ ਵੀ ਕਿਹੜਾ ਨਜ਼ਰ ਆਉਂਦਾ ਕਿਉਂਕਿ ਹੁਣ ਜਿਹੜੇ ਜੀਡੀਪੀ ਦੇ ਅੰਕੜੇ ਆਏ ਆ ਤੇ ਉਹਦੇ ਵਿੱਚ 23.9 ਫੀਸਦੀ ਬੈਗਗੀਰ ਲੱਗ ਗਿਆ ਜੀਡੀਪੀ 'ਚ ਉਹਦੇ ਤੇ ਹਾਏ ਤੋਬਾ ਲਗਭਗ ਜਿੰਨੇ ਇਕਨੋਮਿਸਟ ਨੇ ਉਹਨਾਂ ਮਚਾਤੀ ਵਿਰੋਧੀ ਪਾਰਟੀਆਂ ਆਖੀ ਜਾਂਦੀਆਂ ਪਰ ਸਰਕਾਰ ਵਾਲੇ ਪਾਸਿਓ ਕੋਈ ਬਹੁਤੀ ਹਰਕਤ ਨਜ਼ਰ ਨਹੀਂ ਆਈ ਆਈਨਾ ਜ਼ਰੂਰ ਆ ਵੀ ਟੈਕਸਾਂ ਵਾਲਾ ਟੀਕਾ ਲੋਕਾਂ ਨੂੰ ਲਾਤਾ ਥੋੜੇ ਜਿਹੇ ਮਹੀਨਿਆਂ ਚ પેટ્રોલ 10-11 ਰੁਪਏ ਵਧਾਤਾ ਅਜੇ ਪਤਾ ਨਹੀਂ ਕਿੰਨਾ ਵਧਾਉਣਾ 7-8 ਮਹੀਨੇ ਪਹਿਲਾਂ ਜਦੋਂ ਰੌਲਾ ਪਿਆ ਸੀ ਕਿ ਇਕਨੋਮੀ ਡੁੱਬਦੀ ਜਾਂਦੀ ਹੈ ਜੀ ਜਦੋਂ ਕਹਿੰਦੇ ਸੀ 에어 ਇੰਡੀਆ ਵੇਚ ਦੇਣੀ ਹੈ ਬੀਬੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਉਹ ਕਹਿੰਦੇ ਸੀ ਭਾਰਤ ਦੀ ਆਰਥਿਕਤਾ ਭਾਰਤ ਦੀ ਇਕਨੋਮੀ ਬਹੁਤ ਮਜ਼ਬੂਤ ਹੈ ਜੀ ਸੰਸਾਰ ਪੱਧਰ ਦੇ ਇੱਕ ਨੋਬਲ ਪ੍ਰਾਈਜ਼ ਵਾਲੇ ਇਕਨੋਮਿਸਟ ਨੇ ਅੱਖਾਂ ਇਕਨੋਮੀ ਮਜ਼ਬੂਤ ਨਹੀਂ ਬੀਬੀ ਨੇ ਫੇਰ ਆਖਿਆ ਉਹਨੂੰ ਕੀ ਪਤਾ ਸਾਡੇ ਦੇਸ਼ ਦੀ ਇਕਨੋਮੀ ਕਿੰਨੀ ਮਜ਼ਬੂਤ ਹੈ ਪਰ ਮਾੜੀ ਕਿਸਮਤ ਬੀਬੀ ਦਾ ਪਤੀ ਜਿਹੜਾ ਉਹਨੇ ਅਖਬਾਰ ਵਿੱਚ ਲੇਖ ਲਿਖਦਾ ਕਿ ਭਾਰਤ ਦੀ ਇਕਨੋਮੀ ਤੇ ਡੰਗ ਡੋਲ ਹੋ ਰਹੀ ਹੈ ਜੀ ਜਿਹੜੀ ਗੱਲ ਬੀਬੀ ਨਹੀਂ ਮੰਨਦੀ ਬੀਬੀ ਦਾ ਪਤੀ ਮੰਨਦਾ ਉਹਦੇ ਸਮਝਣਾ ਚਾਹੀਦਾ ਸੀ ਹੁਣ ਵੀ ਬੀਬੀ ਜੋ ਕੁਝ ਕਹਿੰਦੀ ਪਈ ਹੈ ਇਹਦੀ ਅੰਕੜਿਆਂ ਦੀ ਜਾਦੂਗਰੀ ਵੀ ਭਾਰਤ ਸਰਕਾਰ ਨੂੰ ਹੋਰ ਲੋਕਾਂ ਸਾਹਮਣੇ ਸ਼ਰਮਿੰਦਾ ਕਰ ਰਹੀ ਹੈ ਜੀ ਇੱਕੋ ਵਕਤੇ ਆਖਣਾ ਕਿ ਅਸੀਂ ਤਾਂ ਬੜਾ ਜ਼ੋਰ ਲਾਇਆ ਪਰ ਕਰੋਨਾ ਦਾ ਕਰਕੇ ਸਾਡੀ ਜਿਹੜੀ GST ਦੀ ਰਿਕਵਰੀ ਆ ਆਮਦਨ ਉਹ 97000 ਕਰੋੜ ਘਟ ਗਈ ਹੈ ਜੀ ਤੇ ਦੂਜੇ ਪਾਸੇ ਉਹ ਆਖਣਾ ਕਿ ਅਸੀਂ ਰਾਜ ਸਰਕਾਰਾਂ ਦੇ 150000 ਕਰੋੜ ਦੇਣੇ ਆ ਜੇ ਤੁਹਾਡੀ ਘਟੀ ਸਿਰਫ 97000 ਕਰੋੜ ਆ ਤੇ ਬਕਾਇਆ ਫਿਰ ਤੁਹਾਡੇ ਵੱਲ 150000 ਕਰੋੜ ਕਿਉਂ ਖੜੇ ਆ ਜੀ ਜਿਹੜੇ 97 ਤੋਂ ਉੱਪਰਲੇ 53 ਕਰੋੜ ਨੇ ਉਹ 53000 ਕਰੋੜ ਦੇ ਜੀ ਜੀ ਉਹਦੇ 53000 ਕਰੋੜ ਉਹ ਕਿੱਥੇ ਗਏ ਦੱਸਣਾ ਚਾਹੀਦਾ ਬੀਬੀ ਕੋਲੇ ਵੀ ਗਣਤੀਆਂ ਮਿੰਟੀਆਂ ਦਾ ਕੋਈ ਲੇਖਾ ਨਹੀਂ ਉਹ ਹਰ ਗੱਲ 'ਚ ਉਲਝਦੀ ਜਾਂਦੀ ਹੈ ਕੇਂਦਰ ਸਰਕਾਰ ਇਸ ਗੱਲ ਤੋਂ ਵੀ ਪੈਦੇ ਨੇ ਕਿ ਸਾਨੂੰ ਕਰਜ਼ਿਆਂ ਦੇ ਬਾਰੇ ਜਿਹੜੀਆਂ ਛੋਟਾਂ ਨੇ ਉਹਦਾ ਸਿੱਧਾ ਬਿਆਨ ਨਾ ਦੇਣਾ ਪਗ ਜੀ ਰਿਜ਼ਰਵ ਬੈਂਕ ਆਪੇ ਬਿਆਨ ਦੇਵੇਗਾ ਸੁਪਰੀਮ ਕੋਰਟ ਨੇ ਅਖੀਰ ਖਿੱਚ ਲਿਆ ਕਿ ਕੇਂਦਰ ਸਰਕਾਰ ਵੱਡੀ ਹੈ ਕਿ ਰਿਜ਼ਰਵ ਬੈਂਕ ਕੇਂਦਰ ਸਰਕਾਰ ਰਿਜ਼ਰਵ ਬੈਂਕ ਦੇ ਉਹਲੇ ਲੁਕਦੀ ਕਿਉਂ ਫਿਰਦੀ ਆ ਆਪ ਬਿਆਨ ਦਿਓ ਫਿਰ ਹਲਕਿਆ ਬਿਆਨ ਐਫੀਡੇਵਟ ਉੱਥੇ ਪੇਸ਼ ਕਰਨਾ ਪਿਆ ਉਸ ਐਫੀਡੇਵਟ ਦੇ ਵਿੱਚ ਇਹ ਆਖਿਆ ਕਿ ਨਹੀਂ ਜੀ ਅਸੀਂ ਐਸ ਰੇ ਵਧਾ ਰਹੇ ਆ 31 ਅਗਸਤ ਨੂੰ ਮੁੱਕ ਰੇ ਸੀ ਹੁਣ 1 ਸਤੰਬਰ ਤੋਂ ਵਧਾਤੇ ਆ ਕਿੰਨੀਆਂ ਤਰੀਕਾ ਤਰੁਕਾ ਜੇ ਸਪਸ਼ਟ ਕੋਈ ਨਹੀਂ ਦਰਦੇ ਕਹਿੰਦੇ ਜੀ ਵਧਾਉਣਾ ਪਿਆ ਤੇ 2 ਸਾਲਾਂ ਵਾਸਤੇ ਵੀ ਵਧਾ ਸਕਦੇ ਆ 2 ਸਾਲਾਂ ਵਾਸਤੇ ਵਧਾਤਾ ਤੇ ਇਕਨੋਮੀ ਦਾ ਬਣੂਗਾ ਕੀ ਬਿਲਕੁਲ ਸਹੀ ਹੁਣ ਜਿਹੜੀ ਤਾਜ਼ਾ ਰਿਪੋਰਟ ਆਈ ਹੈ ਸਾਡੇ ਦੇਸ਼ ਦੀ ਆਰਥਿਕਤਾ 23.9 ਫੀਸਦੀ ਉਹਦੇ ਵਿੱਚ ਜੀਡੀਪੀ ਦੇ ਪਈ ਹੈ ਜੀਡੀਪੀ ਕਿਸੇ ਦੇਸ਼ ਦੀ ਆਰਥਿਕਤਾ ਦਾ ਬਹੁਤ ਵੱਡਾ ਪੈਮਾਨਾ ਹੁੰਦੀ ਹੈ ਜੀ ਕਦੇ 5% ਵੀ ਹੁੰਦੀ ਹੈ ਕਦੇ 10 ਵੀ ਹੁੰਦੀ ਹੈ ਕਦੇ 15 ਤੱਕ ਵੀ ਜਾਂਦੀ ਹੈ ਆਪ ਉੱਪਰ ਹੀ ਠਾਉਂਦੇ ਰਹਿੰਦੀਆਂ ਪਰ ਮਾਈਨਸ ਵਿੱਚ ਤੇ ਕਦੇ ਨਹੀਂ ਗਈ ਜੀ ਇਹ ਪਹਿਲੀ ਵਾਰ ਆ ਕਿ ਮਾਈਨਸ ਵਿੱਚ ਗਈ ਹੈ ਤੇ -1 2 3 5 9 ਨਹੀਂ ਗਈ 23.9 ਯਾਨੀ 24% ਥੱਲੇ ਚਲੀ ਗਈ ਆ ਜੇ ਮਾਈਨਸ ਵਿੱਚ 24% ਥੱਲੇ ਆ ਜਾਂਦੀ ਹੈ ਤੇ ਅੱਗੋਂ ਇਹਨਾਂ ਕੋਲ ਕਿਹੜੀ ਲਿਫਟ ਆ ਜਿਹਦੇ ਨਾਲ ਪ੍ਰੈਸ਼ਰ ਮਾਰਕੀਟ ਤੇ ਉਹਨੂੰ ਤਾਂ ਚੁੱਕ ਦੇਣਗੇ ਕੋਈ ਪ੍ਰਬੰਧੀਆਂ ਨਹੀਂ ਸਰਕਾਰ ਕੋਲ ਜੀ ਜੀ ਇਸ ਦੇ ਬਾਰੇ ਸਰਕਾਰ ਕੋਈ ਸਥਿਤੀ ਸਪਸ਼ਟ ਨਹੀਂ ਕਰਦੀ ਜਿੱਤੋਂ ਲੱਗਦਾ ਹੈ ਕਿ ਅੰਦਰੇ ਅੰਦਰ ਕੁਝ ਘੁਣ ਲੱਗਾ ਕੁਝ ਸਿਉਂਕ ਲੱਗੀ ਹੈ ਸਾਡੀ ਇਕਨੋਮੀ ਨੂੰ ਜਿਹਦੇ ਬਾਰੇ ਸਰਕਾਰ ਨੂੰ ਜਾਂ ਤਾਂ ਪਤਾ ਨਹੀਂ ਜਾਂ ਪਤਾ ਤੇ ਦੇਸ਼ ਦੇ ਲੋਕਾਂ ਤੋਂ ਉਹ ਲਾ ਰੱਖਣਾ ਚਾਹੁੰਦੀ ਹੈ ਪਰ ਸਰਬ ਇਹ ਇਥੇ ਮੈਨੂੰ ਲੱਗਦਾ ਹੈ ਕਿ ਵੀ ਇਹ ਇਹ ਜੋ ਕੁਝ ਵੀ ਚੱਲ ਰਿਹਾ ਇਹਦੇ ਵਿੱਚ ਜਿੱਦਾਂ ਦੀ ਹੁਣ ਆਦਤ ਪਾ ਲਈ ਹੈ ਲੀਡਰਾਂ ਨੇ ਪੇ ਥੱਲੇ ਤੱਕ ਛਕੋ ਛਕਾਓ ਤੇ ਉਸ ਤੋਂ ਬਾਅਦ ਵੋਟਾਂ ਪੈਂਦੀਆਂ ਨਹੀਂ ਪੈਂਦੀਆਂ ਤੇ ਆਪਾਂ ਨੂੰ ਜ਼ਰੂਰ ਪਾਓ ਇਸੇ ਤਰ੍ਹਾਂ ਦਾ ਕੇਸ ਹੋਣ ਇੱਕ ਜਿਹੜਾ ਪੰਜਾਬ 'ਚ ਨਿਕਲਿਆ ਜਾਲੀ ਪੈਨਸ਼ਨਾਂ ਦਾ 70000 ਦੇ ਕਰੀਬ ਕੇਸ ਨੇ 162 ਕਰੋੜ ਰੁਪਏ ਦਾ ਪਤਾ ਨਹੀਂ ਲੱਗਦਾ ਕਿ ਉਹ ਬੰਦਾ ਬਜ਼ੁਰਗ ਹੈ ਨਹੀਂਗਾ ਪਰ ਉਹਦੇ باوجود ਵੀ ਉਹਨੂੰ ਜਿਹੜੀ ਪੈਨਸ਼ਨ ਹੋ ਗਈ ਹੈ ਜੀ ਪੰਜਾਬ ਚ ਇਹੋ ਜੀ ਗੱਲ ਆ ਤੇ ਹੋਰ ਨਾਂ ਵੀ ਸਟੇਟਾਂ ਚ ਵੀ ਤੇ ਹੋਊਗੀ ਨਾ ਤੇ ਹੋਰ ਪਤਾ ਨਹੀਂ ਕਈ ਤਰ੍ਹਾਂ ਦੀ ਹੋਊਗੀ ਉਹ ਜਿਹੜੇ ਪੈਸੇ ਨਹੀਂ ਲੱਭਦੇ ਉਹ ਫਿਰ ਇੰਨਾ ਖੁੱਡਾਂ ਚ ਵੜਦੇ ਇਹ ਤੁਹਾਡੀ ਗੱਲ ਠੀਕ ਆ ਮੈਂ ਅੱਜ ਹੀ ਇਹ ਤੇ ਨਾ ਥੋੜਾ ਬਹੁਤ ਕੰਮ ਕਰਦਾ ਪਿਆ ਤੁਹਾਡੇ ਹੋਂ ਤੋਂ ਪਹਿਲਾਂ ਲਿਖਦਾ ਪਿਆ ਸੀਗਾ ਜੀ ਜੀ ਜਦੋਂ ਬਾਦਲ ਸਰਕਾਰ ਦੇ ਵਕਤ ਇਹ ਪਤਾ ਲੱਗ ਗਿਆ ਸੀ ਔਰ ਗੱਲ ਖੁੱਲੀ ਸੀ ਧਰਮਕੋਟ ਇਲਾਕੇ ਚੋਂ ਜੀ ਇੱਕ ਬੰਦੇ ਨੇ ਰਾਈਟ ਟੂ ਇਨਫੋਰਮੇਸ਼ਨ ਤੇ ਅਸਾਰ ਰਕਾਰਡ ਪੁੱਛ ਲਿਆ ਵੀ ਕੌਣ ਕੌਣ ਨੇ ਬੁਢਾਪਾ ਪੈਸਾ ਲੈਂਦੇ ਫਿਰ ਉਹ ਘਰ ਘਰ ਘੁੰਮਿਆ ਉਹਨੇ ਦੱਸਿਆ ਕਿ 40 ਸਾਲ 45 ਸਾਲ ਵਾਲੇ ਵੀ ਬੁੱ ਉਹਨੇ ਦੱਸਿਆ ਮਰਗੀਆਂ ਦੀਆਂ ਪੈਨਸ਼ਨਾਂ ਵੀ ਚੱਲਦੀਆਂ ਫਿਰ ਉਸ ਵਕਤ ਮੋਗਾ ਜ਼ਿਲ੍ਹਾ ਪੈਂਦਾ ਸੀ ਮੋਗੇ ਦੇ ਡਿਪਟੀ ਕਮਿਸ਼ਨਰ ਨੇ ਤੇ ਦੂਜਿਆਂ ਨੇ ਵੀ ਮੰਨਿਆ ਕਿ ਅਸੀਂ ਪਤਾ ਕਰਵਾਇਆ ਤੇ ਵਾਕਈ ਜਲ ਚੱਲਦੀਆਂ ਨੇ ਤੇ ਬਾਦਲ ਸਰਕਾਰ ਨੂੰ ਉਸੇ ਵੇਲੇ ਕਾਰਵਾਈ ਕਰਨੀ ਚਾਹੀਦੀ ਸੀ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਅੱਗੇ ਵੋਟਾਂ ਆਉਂਦੀਆਂ ਸੀ ਤੇ ਪੈਨਸ਼ਨਾਂ ਤੇ ਇਸ ਕਰਕੇ ਲਵਾਈਆਂ ਸੀ ਵੋਟਾਂ ਲੈਣੀਆਂ ਤੇ ਜੇ ਕਾਰਵਾਈ ਕਰਦੇ ਤੇ ਵੋਟਾਂ ਖਰਾਬ ਹੁੰਦੀਆਂ ਸੀ ਵੀ ਪਹਿਲਾਂ ਲਵਾਉਂਦੀਆਂ ਤੇ ਹੁਣ ਸਾਨੂੰ ਬੁਰਾ ਬਣਾਉਂਦੇ ਜੇ ਉਹਦੇ ਤੋਂ ਬਾਅਦ ਇਹ ਚਲੇ ਗਏ ਨਵੀਂ ਸਰਕਾਰ ਆਈ ਤੇ ਉਹਨਾਂ ਨੇ ਆ ਕੇ ਤੇ ਕਹਿਤਾ ਕਿ ਅਸੀਂ ਤਾਂ ਇਹਦੀ ਪੜਤਾਲ ਕਰਾਵਾਂਗੇ ਇਹ ਪੜਤਾਲ ਕਰਵਾਈ ਗਈ ਆ ਤੇ ਇਸ ਪੜਤਾਲ ਦੇ ਵਿੱਚ ਤੁਹਾਡੀ ਗੱਲ ਠੀਕ ਆ 70000 ਤੋਂ ਵੱਧ 70137 ਕੇਸ ਪੰਜਾਬ ਚ ਨਿਕਲੇ ਆ ਜੀ 70137 ਜਿਹੜੇ ਅਜੇ 50 ਤੋਂ ਥੱਲੇ ਥੱਲੇ ਵੜੇ ਤੇ ਬੁਢਾਪਾ ਪੈਨਸ਼ਨਾਂ ਜਿਹੜੀਆਂ ਲੈ ਰਹੇ ਆ ਕੋਈ ਆਪਣੇ ਆਪ ਨੂੰ 65 ਲਿਖਾਈ ਬਿਠਾ ਕੋਈ 75 ਲਿਖਾਈ ਬਿਠਾ ਕੋਈ 80 ਲਿਖਾਈ ਬਿਠਾ ਜੀ ਆਪਣੇ ਤਾਂ ਦੁੱਗਣੀ ਉਮਰ ਲਗਾ ਕੇ ਬੁੱਢਿਆਂ ਦੀਆਂ ਪੈਨਸ਼ਨਾਂ ਲੈ ਰਹੇ ਨੇ ਔਰ ਇਹਨਾਂ ਪੈਨਸ਼ਨਾਂ ਦੇ ਵਿੱਚ 162 ਕਰੋੜ 35 ਲੱਖ ਰੁਪਏ ਜਿਹੜਾ ਇਹਨਾਂ ਲੋਕਾਂ ਨੂੰ ਝਾਲੀ ਚਲਾ ਗਿਆ ਜੀ ਇਹਦੇ ਵਿੱਚੋਂ ਸਭ ਤੋਂ ਵੱਧ ਜਿਹੜੀਆਂ ਨੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਵੇਖਦਾ ਪਿਆ ਸੀ 12573 ਯਾਨੀ ਕਿ 12.5 ਹਜ਼ਾਰ ਪੈਨਸ਼ਨਾਂ ਜਿਹੜੀਆਂ ਨੇ ਉਹ ਇਕੱਲੇ ਉਹਦੇ ਚ ਸੰਗਰੂਰ ਜ਼ਿਲ੍ਹੇ ਚ ਲੱਗੀਆਂ ਨੇ ਜਾਲੀ ਜੀ 12.5 ਹਜ਼ਾਰ ਜਾਲੀ ਪੈਨਸ਼ਨਾਂ ਜਵਾਨ ਮੁੰਡਿਆਂ ਦੀਆਂ ਪੈਨਸ਼ਨਾਂ ਬੁੱਢੇ ਕਹੱਕ ਜਿਹੜੀਆਂ ਲੱਗੀਆਂ ਨੇ ਉਹ ਇਕੱਲੇ ਸੰਗਰੂਰ ਜ਼ਿਲ੍ਹੇ ਚ ਨੇ ਦੂਜਾ ਨੰਬਰ ਬਠਿੰਡੇ ਦਾ ਬਠਿੰਡਾ ਤੇ ਵੀ ਇੰਪੋਰਟੈਂਟ ਸੀਟ ਆ ਨਾ ਜੀ ਉਹ ਤਾਂ ਦਿੱਲੀ ਦਾ ਰਾਹ ਵਿਖਾਉਂਦਾ ਉੱਥੇ ਦੂਜੇ ਨੰਬਰ ਤੇ ਆ 8768 ਤੀਜਾ ਨੰਬਰ ਅੰਬਰਸਰ ਦਾ ਇੱਥੇ ਵੀ ਵੱਡੀਆਂ-ਵੱਡੀਆਂ ਤੋਪਾਂ ਹੁੰਦੀਆਂ 7853 ਇੱਥੇ ਨਿਕਲੇ ਨੇ ਜੀ ਯਾਨੀ ਕਿ ਇਹ ਤੁਸੀਂ ਸਮਝ ਲਓ ਕਿ ਪੌਣੇ 8000 ਇੱਥੇ ਨਿਕਲੇ ਚੌਥਾ ਨੰਬਰ ਮੁਖਸਰ ਸਾਹਿਬ ਦਾ ਜਿਹਦੇ ਵਿੱਚ ਬਾਦਲ ਸਾਹਿਬ ਦੀ ਆਪਣੀ ਕੌਨਸਟੀਟੂਐਂਸੀ ਲੰਬੀ ਵੀ ਆਉਂਦੀ ਹੈ ਜੀ ਉਹਦੇ ਵਿੱਚ 7441 ਯਾਨੀ 7500 ਜਿਹੜੇ ਪੈਨਸ਼ਨਰ ਨੇ ਉੱਥੇ ਜਾਲੀ ਨਿਕਲੇ ਨੇ ਮਾਨਸਾ ਉਹ ਫਿਰ ਬਠਿੰਡਾ ਪਾਰਲੀਮੈਂਟ ਸੀਟ 'ਚ ਆਉਂਦਾ ਉਹਦੇ ਵਿੱਚ 6636 ਨਿਕਲੇ ਨੇ ਇਹਦਾ ਮਤਲਬ ਹੈ ਕਿ ਮਾਨਸਾ ਬਠਿੰਡਾ ਤੇ ਬੁਖਸਰ ਇਹ ਤਿੰਨੇ ਜਿਹੜੇ ਇੱਕੋ ਪਾਰਲੀਮੈਂਟ ਸੀਟ 'ਚ ਆਉਣ ਵਾਲੇ ਆ ਜੇ ਇਹਨਾਂ ਤਿੰਨਾਂ ਦੀਆਂ ਰੜਾਤੀਆਂ ਜਾਣ ਤੇ 8 7 15 ਤੇ 6 21 22000 ਤੇ ਇਹਨਾਂ ਕੱਲਿਆਂ 'ਚ ਨਿਕਲੋਂ ਦੇ ਇੱਕ ਪਾਰਲੀਮੈਂਟ ਸੀਟ ਦੇ ਨੇੜੇ ਤੇੜੇ ਜੀ ਇਹਨੇ ਜਾਲੀ ਪੈਨਸ਼ਨ ਇੱਕੋ ਥਾਂ ਤੇ ਗਫਾ ਇਕੱਠਾ ਹੋਣਾ ਇਹ ਦੱਸਦਾ ਕਿ ਕੀ ਇਹਦਾ ਮਤਲਬ ਕੀ ਨਿਕਲਦਾ ਔਰ ਇਹ ਟੋਟਲ ਜਿਹੜਾ ਪਟਿਆਲੇ ਦੇ ਵਿੱਚ ਵੀ 6528 ਕਰੋੜ ਸੌਰੀ 6528 ਜਿਹੜੇ ਪੈਨਸ਼ਨ ਨੇ ਉਹ ਜਾਰੀ ਨਿਕਲੇ ਆ ਜਿਹੜੇ 19.5 ਲੱਖ 19 ਕਰੋੜ ਰੁਪਈਆ ਪੈਨਸ਼ਨਾਂ ਦਾ ਖਾ ਕੇ ਬਹਿ ਗਿਆ ਹੁਣ ਇਹ ਨਹੀਂ ਕਿ ਮੁਕਸਰ ਚ ਕਾਰਵਾਈ ਹੋਣੀ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਨੂੰ ਆਪਣੇ ਪਟਿਆਲੇ ਜ਼ਿਲ੍ਹੇ ਚ ਵੀ ਕਰਨੀ ਪੈਣੀ ਆ ਕਿਉਂਕਿ ਜਾਲੀ ਪੈਨਸ਼ਨਰ ਤਾਂ ਉੱਥੋਂ ਦੇ ਵੀ 6528 ਨਿਕਲੇ ਆਏ ਨੇ ਇਹ ਸਾਰੇ ਜਿਹੜੇ ਨੇ ਇੰਨੀਆਂ ਥਾਵਾਂ ਦੇ ਉੱਤੇ ਜਿਹੜੇ ਪੈਨਸ਼ਨਰ ਨਿਕਲਦੇ ਪਏ ਨੇ ਇਹ ਪੰਜਾਬ ਦੀ ਅਕਾਦਮੀ ਨੂੰ ਕਿੱਡੀ ਵੱਡੀ ਸਾਟਿਆ ਪੰਜਾਬ ਦੇ ਖਜ਼ਾਨੇ ਨੂੰ ਕਿੱਡੀ ਵੱਡੀ ਸਾਟਿਆ ਇਹ ਸਿਰਫ ਇੱਕ ਖਾਤਾ ਕੱਲਾ ਪੈਨਸ਼ਨਾਂ ਦਾ ਬੁਢਾਪਾ ਪੈਨਸ਼ਨਾਂ ਦਾ ਇਹਦੇ ਤੋਂ ਇਲਾਵਾ ਠੀਕ ਠਾਕ ਬੰਦਿਆਂ ਨੇ ਦਿਵਿਆਂਗ ਜਾਂਦੀ ਹੈਂਡੀਕੈਪਡ ਅੰਗਹਿਣ ਕਿਹਾ ਕਿ ਜਿੰਨਾ ਪੈਨਸ਼ਨਾਂ ਲਵਾਈਆਂ ਉਹਨਾਂ ਦੀ ਗਿਣਤੀ ਕਰੋ ਆ 70000 ਰੁਪਏ 5000 ਘੱਟੋ ਘੱਟ ਵੀ ਨਿਕਲਾਉਣੇ ਜਿਹੜੀਆਂ ਬੀਬੀਆਂ ਅਜੇ ਕੁਆਰੀਆਂ ਕੁੜੀਆਂ ਨੇ ਤੇ ਆਪਣੇ ਆਪ ਨੂੰ ਵਿਆਹੀਆਂ ਹੀ ਨਹੀਂ ਵਿਡੋ ਕਹਿ ਕੇ ਤੇ ਵਿਡੋ ਪੈਨਸ਼ਨ ਲੈਂਦੀਆਂ ਕਿ ਪਤੀ ਮਰ ਗਿਆ ਉਹਨਾਂ ਦੀ ਕੋਈ ਪੁਣਛਾਨ ਕਰ ਲੋ ਮੇਰੇ ਕੋਲ 4-5000 ਕੇਸ ਹੋ ਵੀ ਨਿਕਲਾਉਣੇ ਇੰਨੇ-ਇੰਨੇ ਕੇਸ ਜਿਹੜੇ ਨਿਕਲਦੇ ਪਏ ਆ ਇਹ ਸਾਡਾ ਖਜ਼ਾਨਾ ਚੱਲਕਦਾ ਨਹੀਂ ਸਕਦਾ ਲੋਕਾਂ ਦੇ ਕੰਮ ਕਿਦਾਂ ਕਰ ਸਕਦਾ ਔਰ ਇਹ ਬੜੀ ਵਾਰੀ ਹੁੰਦਾ ਜਦੋਂ ਪੁਣਛਾਨ ਹੁੰਦੀ ਆ ਲੱਭੇ ਜਾਂਦੇ ਆ ਫਿਰ ਛੜਕਾ ਤੋਂ ਦਿੰਦੇ ਆ ਕਹਿੰਦੇ ਜੀ ਹੁਣ ਕਰੀਏ ਕੀ ਇੰਨੇ ਬੰਦਿਆਂ ਨੂੰ ਫੜੀਏ ਜੇ 70137 ਨੇ ਇਹਨਾਂ ਨੂੰ ਸਾਰਿਆਂ ਨੂੰ ਫੜੋਗੇ ਇਹਨਾਂ ਦੇ ਨਾਲ ਇੱਕ ਇੱਕ ਦੋ ਦੋ ਜਣੇ ਤਸਦੀਕ ਕਰਨ ਵਾਲੇ ਵੀ ਹੋ ਸਕਦੇ ਜੀ ਜਿਨ੍ਹਾਂ ਨੇ ਝੂਠੀ ਤਸਦੀਕ ਕੀਤੀ ਹੈ ਸਰਟੀਫਾਈ ਕੀਤਾ ਕਿ ਬੁੱਢਾ ਹੋ ਗਿਆ ਉਹ ਵੀ ਫੜਨੇ ਪੈਣਗੇ ਕੰਡੈਕਟਰ ਵੀ ਰਗੜੇ ਜਾਣਗੇ ਇਹ ਸਾਰੇ ਰਗੜ ਕੇ 1 ਲੱਖ ਤੋਂ ਵੱਧ ਲੋਕ ਫੜਨੇ ਪੈਣਗੇ ਉਹਨਾਂ ਨੂੰ ਕਿਹੜੀ ਜੇਲ੍ਹ ਸੁਟੋਗੇ ਬਿਲਕੁਲ ਸਹੀ ਲੈ ਜਾ ਕੇ ਰੱਖੋਗੇ ਕਿੱਥੇ ਉਹ ਕਹਿੰਦੇ ਸਾਡੇ ਕੋਲ ਨਹੀਂ ਪੈਸੇ ਇਹਨਾਂ ਦੇ ਵਿੱਚ ਕੁਝ ਲੋਕ ਇਹੋ ਜਿਹਾ ਮੈਂ ਅੱਜ ਹੀ ਰਿਪੋਰਟ ਪੜਦਾ ਪਿਆ ਸੀ ਇੱਕ ਇਹੋ ਜਿਹਾ ਪਰਿਵਾਰ ਜਿਹਦੇ ਚ ਕਹਿੰਦੇ ਆ ਜੀ ਤਿੰਨ ਜਣਿਆਂ ਨੇ ਅਜੇ ਜਵਾਨ ਨੇ ਚੰਗੀ ਉਮਰ ਤੇ ਆਪਣੇ ਆਪ ਨੂੰ ਬੁੱਢਾ ਲਿਖਾ ਕੇ ਪੈਨਸ਼ਨਾਂ ਲਈਆਂ ਤੇ ਘਰ ਉਹਨਾਂ ਦੇ ਕੰਬਾਈਨ ਖੜੀ ਹੈ ਜੀ ਕਾਰ ਵੀ ਖੜੀ ਹੈ ਜੀ ਜਿਨ੍ਹਾਂ ਦੇ ਘਰ ਕੰਬਾਈਨ ਤੇ ਕਾਰ ਖੜੀ ਆ ਜੇ ਉਹ ਵੀ ਇਹੋ ਜਿਹਾ ਝੂਠ ਬੋਲ ਕੇ ਤੇ ਬੁਢਾਪਾ ਪੈਨਸ਼ਨ ਲੈ ਰਿਹਾ ਇਹੋ ਜਿਹੇ ਜਿਹੜੇ ਚੋਣਵੇਂ ਕੇਸ ਆ ਇਹ ਤਾਂ ਚੁੱਕ ਕੇ ਇਹਨਾਂ ਦੇ ਉੱਤੇ ਜਿੰਨਾ ਸਖਤ ਤੋਂ ਸਖਤ ਕਾਨੂੰਨ ਹੋਵੇ ਉਲਾਦਣਾ ਚਾਹੀਦਾ ਕਿਉਂਕਿ ਮਾਮਲਾ ਸਿਰਫ ਇਹ ਨਹੀਂ ਕਿ ਉਹਨਾਂ ਨੇ ਆ ਪੈਸੇ ਜਿਹੜੇ ਆ ਝੂਠ ਬੋਲ ਕੇ ਲਏ ਆ ਇਹ ਵੀ ਆ ਕਿ ਨੀਤ ਦਾ ਨੀਚਪੁਣਾ ਵਿਖਾਇਆ ਵੀ ਜਿਹੜਾ ਗਰੀਬਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਤੇ ਮਿਲਿਆ ਨਹੀਂ ਤੇ ਇਹੋ ਜਿਹੇ ਠੱਗ ਚੋਰ ਕਿਉਂਕਿ ਉੱਪਰ ਤੱਕ ਸਾਂਝ ਸੀ ਲੈ ਗਿਆ ਇਹਨਾਂ ਸਾਰਿਆਂ ਦੇ ਖਿਲਾਫ ਜਿਨ੍ਹਾਂ ਨੇ ਸਾਂਝਾਂ ਦੇ ਵਿੱਚ ਪੈਨਸ਼ਨ ਲਈ ਉਹਨਾਂ ਸਾਰੇ ਖਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਸਾਰ ਪੈਸੇ ਇਹ ਇਸ ਕਰਕੇ ਵੀ ਆ ਨਾ ਪੰਸਾਹਬ ਕਿ ਜਦੋਂ ਆਪਾਂ ਹਸਾਬ-ਤਾਬ ਨਹੀਂ ਰੱਖਦੇ ਕਿਸੇ ਚੀਜ਼ ਦਾ ਹੁਣ ਸਰਕਾਰਾਂ ਪੈਸੇ ਦਾ ਨਹੀਂ ਰੱਖਦੀਆਂ ਤੇ ਜਦੋਂ ਆਪਾਂ ਧਾਰਮਿਕ ਧਰਮ ਕਰਮ ਦੀ ਗੱਲ ਕਰਦੇ ਆ ਤੇ ਹੁਣ ਜਿਹੜਾ ਉਹ ਗੁਰੂ ਸਾਹਿਬ ਦੇ ਸਰੂਪ ਗਾਇਬ ਹੋਣ ਦੀ ਚਰਚਾ ਉਹਦੇ ਚ ਵੀ ਤੇ ਹਿਸਾਬ ਨਹੀਂ ਨਾ ਰਲ ਰਿਹਾ ਜੇ ਕਿਉਂਕਿ ਜਦੋਂ ਗੋਇੰਦਵਾਲ ਸਾਹਿਬ ਤੋਂ ਰਜਿਸਟਰ ਫਰੋਲਦੇ ਆ ਤੇ ਉੱਥੇ ਕੁਛ ਲਿਖਿਆ ਸੇਵਾਦਾਰ ਕੁਛ ਦੱਸਦੇ ਆ ਤੇ ਪਿਛੋਂ ਰਿਕਾਰਡ ਕੁਝ ਹੋਰ ਕਹਿੰਦਾ ਉਹਨੂੰ ਕਿਵੇਂ ਮੈਚ ਕਰਨਗੇ ਫਿਰ ਦੇਖੋ ਜਿਹੜੀ ਅੱਜ ਗੱਲ ਸਾਹਮਣੇ ਆਈ ਹੈ ਉਹ ਇਹ ਦੱਸਦੀ ਹੈ ਕਿ 2016 ਦੇ ਵਿੱਚ 2016 ਚ ਵੈਸੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਬਦਲ ਗਈ ਸੀ ਜੀ ਪਰ ਜਦੋਂ ਅਵਤਾਰ ਸਿੰਘ ਮੱਕੜ ਪ੍ਰਧਾਨ ਹੁੰਦਾ ਸੀ ਉਹਦੀ ਪ੍ਰਧਾਨਗੀ ਤੇ ਉਹ ਸੀ ਕਿ ਜਿੱਥੋਂ ਕੋਈ ਦਾ ਲੱਗਦਾ ਲਾਜੋ ਉਹ ਕੀ ਉਹ ਤੇ ਕਾਰਵਾਈ ਦੋ ਕਰਾਂ ਜਿੰਨਾ ਪੈਟਰੋਲ ਪਿੰਦੀ ਸੀ ਜੀ ਬਦਨਾਮੀ ਵੀ ਬਹੁਤ ਹੁੰਦੀ ਰਹੀ ਅ ਅੱਗੋ ਉਹਦੇ ਪਰਿਵਾਰ ਨੇ ਵੀ ਬਦਨਾਮੀ ਬਹੁਤ ਕਰਾਤੀ ਸੀ ਉਹ ਸਾਰੇ ਕਿਸੇ ਮੈਂ ਨਹੀਂ ਭੋਲਦਾ ਪਰ ਉਹਦੇ ਵਕਤ ਜਦੋਂ ਇਹ ਗੱਲ ਸਾਰੀ ਹੋਈ ਉੱਥੇ ਅੱਗ ਲੱਗੀ ਇਹ ਵੀ ਹੁਣ ਸੋਚਣਾ ਪਏਗਾ ਕਿ ਅੱਗ ਲੱਗੀ ਸੀ ਕਿ ਇਹ ਜਿਹੜਾ ਰਿਕਾਰਡ ਖੁਰਦਬੁਰਦ ਕਰਨ ਵਾਸਤੇ ਅੱਗ ਜਾਣ-ਬੁੱਝ ਕੇ ਲਾਈ ਹੋ ਸਕਦੀ ਹੈ ਜੀ ਤਾਂ ਕਿ ਪਤਾ ਲੱਗ ਜੇ ਜਿਹੜੀਆਂ ਬੀੜਾਂ ਬਾਹਰ ਦੀਆਂ ਬਾਹਰ ਚੋਰੀ ਸਪਲਾਈ ਕੀਤੀਆਂ ਤੇ ਪੈਸੇ ਸ਼੍ਰੋਮਣੀ ਕਮੇਟੀ ਨੂੰ ਜਮਾ ਨਹੀਂ ਕਰਾਏ ਇਹ ਵੀ ਤਾਂ ਹੋ ਸਕਦਾ ਨਾ ਕਿ ਉਹ ਸਾਰੇ ਕੁਝ ਨੂੰ ਬਚਾਉਣ ਵਾਸਤੇ ਉੱਥੇ 5-4 ਬੀੜਾਂ ਰੱਖ ਕੇ ਅੱਗ ਲਾਤੀ ਹੋਏ ਤੇ ਆਖਿਆ ਜੀ ਬਾਕੀ ਸੜ ਗਈਆਂ ਹੁਣ ਹੋਇਆ ਕੀ ਆ ਗੱਲ ਜਿਹੜੀ ਨਿਕਲਦੀ ਹੋਏ ਕਿ ਇੱਕ ਸੇਵਾਦਾਰ ਨੂੰ ਪੁੱਛਿਆ ਪੁਲਿਸ ਵਾਲਾ ਨੇ ਇਹਨੇ 5 ਬੀੜਾਂ ਦਾ ਬਿਆਨ ਦਿੱਤਾ ਕਿ ਉੱਥੇ ਜੀ 5 ਬੀੜਾਂ ਸੀ ਗੁਰੂ ਸਾਹਿਬ ਦੀਆਂ ਤੇ ਉਹ ਸੜ ਗਈਆਂ ਜੀ ਜਿਹੜਾ ਉਸ ਵਕਤ ਉੱਥੇ ਅਸਿਸਟੈਂਟ ਸੀ ਜਿਹਦੇ ਉੱਤੇ ਬਹੁਤ ਬੋਝ ਪਾਇਆ ਜਾ ਰਿਹਾ ਉਹਨੇ ਉੱਥੇ ਆਖਿਆ ਜੀ 80 ਦੇ ਕਰੀਬ ਸਰੂਪ ਸੀਗੇ ਗੁਰੂ ਸਾਹਿਬ ਦੇ ਜਿਹੜਾ ਸੜ ਗਿਆ ਪਰ ਜਦੋਂ ਗੋਂਦਵਾਲ ਗਿਆ ਉੱਥੇ ਪਤਾ ਲੱਗਾ ਕਿ 4 ਗੱਡੀਆਂ ਤੇ ਗਿਆ ਉਹਨਾਂ ਦੇ ਅੱਗੇ-ਅੱਗੇ ਪਾਇਲਟ ਜਿਪ ਸੀ ਗਈ ਆ ਪਿੱਛੇ-ਪਿੱਛੇ ਸਕਾਟ ਗੱਡੀ ਗਈ ਆ ਤਾਂ ਕਿ ਇਹਨਾਂ ਨੂੰ ਰਾਹ 'ਚ ਰੋਕੇ ਕੋਈ ਨਾ ਜੀ ਤੇ ਜਾਣੀਆਂ ਤੇ ਜਿਹੜੀਆਂ ਨੁਕਸਾਨੀਆਂ ਹੋਈਆਂ ਗੁਰੂ ਸਾਹਿਬ ਦੀਆਂ ਬੇੜਾਂ ਸੀ ਉਹਨਾਂ ਦੇ ਅੱਗੇ ਪਾਇਲਟ ਜਿਪ ਸੀ ਦੇਣ ਤੇ ਉਹਨਾਂ ਦੇ ਪਿੱਛੇ ਸਕਾਟ ਲਾਉਣ ਦਾ ਕੀ ਮਤਲਬ ਸੀ ਇਹਨਾਂ ਨੂੰ ਇਹਨਾਂ ਲੁਕਾ ਕੇ ਕਿਉਂ ਖੜਿਆ ਗਿਆ ਔਰ ਲੁਕਾ ਕੇ ਖੜਨ ਤੋਂ ਬਾਅਦ ਗੋਂਦਵਾਲ ਸਾਹਿਬ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਸੀ ਉਹਦੇ 'ਚ ਪਾਈਆਂ ਨਹੀਂ ਗਈਆਂ ਤੇ ਜਿਹੜਾ ਦੂਸਰੇ ਬੰਦੇ ਕੋਲ ਰਜਿਸਟਰ ਸੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੇਵਾਦਾਰ ਨਹੀਂ ਜੀ ਉਹਦੇ ਰਜਿਸਟਰ ਦੇ ਵਿੱਚ ਜਿਹੜੀਆਂ ਨੇ ਉਹ 65 ਲਿਖੀ ਹੋਈਆਂ ਨੇ ਜੇ ਉੱਥੇ 65 ਨੇ ਸ਼੍ਰੋਮਣੀ ਕਮੇਟੀ ਦਾ ਅਸਿਸਟੈਂਟ ਅਸੀਂ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਸੇਵਾਦਾਰ ਪੰਜ ਕਹਿੰਦਾ ਜਦੋਂ ਪਹਿਲੀ ਰਿਪੋਰਟ ਆਉਂਦੀ ਉਹ 267 ਦੀ ਆਉਂਦੀ ਹੈ ਫਿਰ ਜਾਇਦਾਦ ਸਾਹਿਬ 328 ਕਹਿੰਦੇ ਆ ਇਹ ਫਿਰ ਕਹਿੰਦੇ ਜੀ 61 ਮੀੜਾਂ ਬਾਹਰ ਦੀਆਂ ਬਾਹਰ ਸ਼ਬ ਬਾਈਂਡਿੰਗ ਕਰਕੇ ਵੇਚੀਆਂ ਗਈਆਂ ਫਿਰ ਕਹਿੰਦੇ ਜੀ 125 ਅੱਛਾ ਹੁਣ ਇੰਦੀਆਂ ਜਿਹੜੀਆਂ ਨੇ ਇਹ ਸਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਆ ਕਿ 267 ਹੈ ਜਾਂ ਫਿਰ 260 61 ਤੇ 125 ਰਕਮ ਕੇ 453 ਨੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਿਹੜੀਆਂ 328 ਕਹਿੰਦੇ ਉਹ ਸੱਚ ਹੈ ਜਾਂ ਫਿਰ ਜਿਹੜੀਆਂ ਸੇਵਾਦਾਰ ਨੇ ਪੰਜ ਆਖੀਆਂ ਉਹ ਸੱਚ ਹੈ ਜਾਂ ਫਿਰ ਅਸਿਸਟੈਂਟ ਜਿਹੜੀਆਂ 80 ਕਹਿੰਦਾ ਉਹ ਸੱਚ ਹੈ ਜਾਂ ਫਿਰ ਜਿੱਥੇ ਜਾ ਕੇ ਸਸਕਾਰ ਹੋਇਆ ਉਹ ਸੇਵਾਦਾਰ ਜਿਹੜੀਆਂ ਲਿਖੀਆਂ 65 ਉਹ ਸੱਚ ਹੈ ਇਹ ਜਾਂ ਫਿਰ ਜਾਂ ਫਿਰ ਜਾਂ ਫਿਰ ਦੇ ਵਿੱਚ ਇਹ ਸਾਰਾ ਇਹ ਰੇਰ ਫਿਰਿਆ ਇਹ ਸਾਹਮਣੇ ਹੋਣਾ ਚਾਹੀਦਾ ਇਹਦੇ ਅੱਛਾ ਫਿਰ ਅੱਗੋਂ ਇਹ ਆ ਕਿ ਜਹੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਬਾਤ ਤੇ ਜਿਹੜਾ ਇਹ ਆਖਿਆ ਸੀ ਕੇ ਨਾਲ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੂੰ ਕਿ ਫਲਾਣੀ ਤਰੀਕ ਨੂੰ ਪੇਸ਼ ਹੋਣ ਪ੍ਰੈਸ ਰੋਟ ਦੇ ਵਿੱਚ ਇਹ ਲਿਖਤਾ ਸੀ ਫਲਾਣੀ ਤਰੀਕ ਨੂੰ ਐਨੇ ਵਜੇ ਪਰ ਤਰੀਕ ਜਾਣ ਬੁਝ ਕੇ ਨਹੀਂ ਸੀ ਪਾਈ ਉਹ ਜਿਹੜੀ ਤਰੀਕ ਨਹੀਂ ਸੀ ਪਾਈ ਉਹ ਇਸ ਕਰਕੇ ਨਹੀਂ ਸੀ ਪਾਈ ਤਾਂ ਕਿ ਬਾਅਦ ਚ ਉਹਨਾਂ ਨੂੰ ਪੁੱਛ ਲਾਂਗੇ ਭਾਈ ਤੁਹਾਨੂੰ ਕਿੰਨੇ ਦਿਨ ਚਾਹੀਦੇ ਸੋਚ ਵਿਚਾਰ ਕਰਨ ਲਈ ਮਸਲਾ ਠੰਡਾ ਕਰਨ ਵਾਸਤੇ ਵੀ ਕੋਈ ਟਾਈਮ ਚਾਹੀਦਾ ਬਾਅਦ ਵਿੱਚ ਉਹ ਤਰੀਕ ਪਾਤੀ ਗਈ ਜੇ ਐਡੀ ਵੱਡੀ ਗੱਲ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਇਹ ਕਿਉਂ ਆਖਿਆ ਪੜ ਕੇ ਆ ਕੇ ਪੇਚੋ ਉਹਨਾਂ ਨੇ ਇਹ ਕਿਉਂ ਆਖਿਆ ਕਿ ਤੁਹਾਡੀ ਆਪਣੀ ਮਰਜ਼ੀ ਤੇ ਤਰੀਕ ਦੱਸੋ ਉਨਾ ਵਾਸਤੇ ਰਾਖ ਖੁੱਲਾ ਕਿਉਂ ਛੱਡਿਆ ਗਿਆ ਉਹ ਖਾਣਾ ਖਾਲੀ ਕਿਉਂ ਛੱਡਿਆ ਗਿਆ ਇਹ ਸਾਰਾ ਕੋਈ ਪਤਾ ਲੱਗਣਾ ਚਾਹੀਦਾ ਉਹ ਪਤਾ ਨਹੀਂ ਲੱਗ ਰਿਹਾ ਜਹੇਦਾਰ ਸਾਹਿਬ ਵੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਸਾਰੇ ਪਤੇ ਖੋਲ ਨਹੀਂ ਰਿਹਾ ਤੇ ਉਹਦਾ ਕਰਕੇ ਜਹੇਦਾਰ ਦੀ ਆਪਣੀ ਪੋਜੀਸ਼ਨ ਖਰਾਬ ਹੁੰਦੀ ਪਈ ਹੈ ਪਰ ਸਭ ਇਹ ਚਲੋ ਧਾਰਮਿਕ ਮਸਲਾ ਪੰਜਾਬ 'ਚ ਵੀ ਹੈਗਾ ਪਰ ਹੁਣ ਇਹ ਕਿਹੜਾ ਧਾਰਮਿਕ ਮਸਲਾ ਫਿਰ ਤੋਂ ਫਰਾਂਸ ਦੇ ਵਿੱਚੋਂ ਉੱਠਿਆ 40 ਹਫ਼ਤੇ ਉਥੋਂ ਦਾ ਕੋਈ ਮੈਗਜ਼ੀਨ ਆ ਜਿਹਦੇ ਵਿੱਚ 2015 ਦੇ ਵਿੱਚ ਵੀ ਮੁਹੰਮਦ ਸਾਹਿਬ ਦਾ ਇੱਕ ਕਾਰਟੂਨ ਛਾਪਿਆ ਗਿਆ ਸੀ ਉਸ ਤੋਂ ਬਾਅਦ ਹਮਲਾ ਵੀ ਹੁੰਦਾ ਉੱਥੇ ਮੌਤਾਂ ਵੀ ਹੁੰਦੀਆਂ ਔਰ 5 ਸਾਲ ਬਾਅਦ ਦੁਬਾਰਾ ਉਹੀ ਗਲਤੀ ਕਰ ਲੋ ਜਾਂ ਉਸੇ ਚੀਜ਼ ਨੂੰ ਦੁਹਰਾਉਣਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਚਾਰਲੀ ਹੈਬਡੋ ਨੇ ਉਹ ਕੋਈ ਕਾਰਟੂਨ ਨਹੀਂ ਸੀ ਛਾਪੇ ਜੀ ਕਾਰਟੂਨ ਛਾਪੇ ਸੀ ਅਸਲ ਵਿੱਚ ਡੈਨਮਾਰਕ ਦਾ ਉਹਨਾਂ ਦੀ ਰਾਜਧਾਨੀ ਕੋਪਨਹ ਹੈਗਨ ਚੋਂ ਅਖਬਾਰ ਸ਼ਬਦਾ ਜੈਲੈਂਡ ਪੋਸਟਨ ਇਸ ਤਰ੍ਹਾਂ ਦਾ ਨਾਮ ਹੈ ਜੀ ਉਹਨਾਂ ਨੇ ਛਾਪੇ ਸੀ ਉਹਦੇ ਉੱਤੇ ਮੁਸਲਮਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਡੇਵਿਡ ਕੋਲਮਨ ਹੈਡਲੀ ਦਾ ਪਤਾ ਜੀ ਪਿਛੋ ਪਾਕਿਸਤਾਨੀ ਜਾਂ ਦੋਦਗਲਾਨੀਓ ਦਾ ਨਾਮ ਹੈ ਮੁੰਬਈ ਦਾ ਅਤਵਾਦੀ ਹਮਲਾ ਉਸੇ ਕਰਾਇਆ ਸੀ ਜੀ ਉਹ ਡੇਵਿਡ ਕੋਲਮਨ ਹੈਡਲੀ ਡੈਨਮਾਰਕ ਵਿੱਚ ਗਿਆ ਕੋਪਨਹਗੇ ਦੀ ਰਾਜਧਾਨੀ ਵਿੱਚ ਜੈਲਨ ਪੋਸਟਨ ਦੇ ਦਫਤਰ ਵਿੱਚ ਇਹ ਕਹਿ ਕੇ ਕਿ ਮੈਂ ਇੱਕ ਕਲਾਸੀਫਾਈਡ ਛੋਟਾ ਜਿਹਾ ਇਸ਼ਤਿਹਾਰ ਲਵਾਉਣਾ ਜਿਹੜਾ 3-4 ਡਾਲਰ ਚ ਲੱਗ ਜਾਂਦਾ ਜੀ ਜਦੋਂ ਉਹ ਵਾਪਸ ਆਇਆ ਤੇ ਗੱਲ ਖੁੱਲ ਗਈ ਕਿ ਇਹ ਬੰਬੇ ਗਿਆ ਸੀ ਤੇ ਉੱਥੇ ਅਤਵਾਦੀ ਹਮਲਾ ਹੋਇਆ ਹੁਣੇ ਇੱਥੇ ਕੁਝ ਕਰਾਉਂਦਾ ਪਿਆ ਫਿਰ ਉਹ ਫੜਿਆ ਗਿਆ ਅਮਰੀਕਾ ਵਾਲਿਆਂ ਫੜ ਕੇ ਜੇਲ੍ਹ ਸੁੱਟ ਤਾ ਉੱਥੋਂ ਵਾਲਾ ਹਮਲਾ ਤੇ ਇਹਨਾਂ ਨੇ ਰੋਕ ਲਿਆ ਡੈਨਮਾਰਕ ਵਿੱਚ ਹੋਰ ਨਾ ਸਕਿਆ ਉਹ ਗੱਲ ਆ ਗਈ ਬਾਹਰ ਵੀ ਹਮਲਾ ਉੱਦਾ-ਉਦਾ ਰੁਕ ਜਿਹੜੇ ਕਾਰਟੂਨ ਉਹਨਾਂ ਨੇ ਜੈਲਨ ਪੋਸਟਰ ਨੇ ਛਾਪੇ ਸੀ ਉਹਨਾਂ ਨੂੰ ਚੁੱਕ ਤੇ ਇਹ ਫਰਾਂਸ ਦੇ ਮੈਗਜ਼ੀਨ ਚਾਰਲੀ ਹਫਤੋਨੇ ਛਾਪ ਦਿੱਤੇ ਜਦੋਂ ਇਹਨਾਂ ਨੇ ਛਾਪੇ ਤੇ ਇਹਨਾਂ ਦੇ ਦਫ਼ਤਰ ਤੇ ਫਿਰ ਹਮਲਾ ਹੋਇਆ ਇਹ ਹਮਲਾ ਹੋਇਆ ਸੀ ਜਨਵਰੀ 2015 ਚ ਉਸ ਹਮਲੇ ਚ 12 ਜਣੇ ਮੌਕੇ ਤੇ ਮਰ ਗਏ ਸੀ ਦੋ ਸ਼ਾਇਦ ਬਾਅਦ ਚ ਮਰੇ ਸਨ 14 ਬੰਦੇ ਸਕੂਲ ਜੀ ਦੋ ਦਿਨ ਬਾਅਦ ਫਿਰ ਹਮਲਾ ਹੋਇਆ ਉੱਥੇ ਉਸੇ ਸ਼ਹਿਰ ਚ ਉਹ ਜਿਹੜੇ ਹਮਲੇ ਸਨ ਉਹਨਾਂ ਹਮਲਿਆਂ ਦਾ ਮੁਕੱਦਮਾ ਹੁਣ ਤੱਕ ਚੱਲਦਾ ਪਿਆ ਸੀ ਉਹ ਮੁਕੱਦਮਾ ਅੱਜ ਉਹਦੀ ਸੁਣਵਾਈ ਫੇਰ ਸ਼ੁਰੂ ਹੋਣੀ ਸੀ ਅੱਜ ਬੁੱਧਵਾਰ ਜੀ ਇਹ ਜਿਹੜੀ ਸੁਣਵਾਈ ਸ਼ੁਰੂ ਹੋਣੀ ਸੀ ਇਹਦੇ ਤੋਂ ਪਹਿਲਾਂ ਸ਼ਾਰਲਿ ਅਬਦੋ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਨਾਂ ਦੇ ਉੱਤੇ ਜਿੰਨੇ ਕਾਰਟੂਨ ਬਣੇ ਸੀ ਕੋਈ ਕਾਰਟੂਨ ਜਿਹਦੇ ਉੱਤੇ ਪੱਗ ਬਣੀ ਗਈ ਕੋਈ ਕਾਰਟੂਨ ਜਿੱਥੇ ਮੁਹੰਮਦ ਸਾਹਿਬ ਦੇ ਸਿਰ ਦੇ ਉੱਤੇ ਬੰਬ ਬਣਾਇਆ ਗਿਆ ਜੀ ਉਹ ਉਹ ਜੋਕਸ ਸੀਗੇ ਉਹਨੇ ਸਾਰੇ ਦੇ ਸਾਰੇ ਫਿਰ ਛਾਪ ਦਿੱਤੇ ਆ ਨਾਲੇ ਆਖਿਆ ਵਿਚਾਰਾਂ ਦੇ ਪ੍ਰਗਟਪਤੀ ਆਜ਼ਾਦੀ ਹੈ ਅਜੇ 3 ਦਿਨ ਪਹਿਲਾਂ ਰੌਲਾ ਪੈ ਕੇ ਗਿਆ ਹਟਿਆ ਸਵੀਡਨ ਚ ਜੀ ਉੱਥੇ ਕੁਝ 크ਿਸਚੀਅਨ ਖੱਬੇ ਸੱਜੇ ਪੱਖੀ ਸੀਗੇ ਉਹ ਕੁੜੇ ਕ੍ਰਿਸਚੀਅਨ ਰਾਈਟਰਸ ਸੀਗੇ ਉਹਨਾਂ ਨੇ ਕੁਰਾਨ ਸ਼ਰੀਫ ਦੀ ਕਾਪੀ ਦੀ ਬੇਅਦਬੀ ਕੀਤੀ ਸੀ ਤੇ ਮੁਸਲਮਾਨ ਉੱਥੇ ਪੜਕੇ ਸਨ ਹੁਣ ਇੱਥੇ ਚੰਗੀ ਗੱਲ ਸੀ ਕਿ ਚਾਰਲੀ ਹੈਫਦੋ ਇਹ ਚੀਜ਼ ਨਾ ਛਾਪਦਾ ਕਿਉਂਕਿ ਇਹਨੇ ਫੇਰ ਛਾਪ ਦਿੱਤੇ ਆ ਉਹ ਕਹਿੰਦੇ ਨੇ ਜੀ ਅਸੀਂ ਛਾਪੇ ਨਹੀਂ ਅਸੀਂ ਰੀਪਰੋਡਿਊਸ ਕੀਤੇ ਆ ਪਹਿਲੇ ਛਾਪੇ ਹੋਏ ਦੁਬਾਰਾ ਪੇਸ਼ ਕਰ ਰਹੇ ਆ ਪੇਸ਼ ਇਸ ਕਰਕੇ ਕਰ ਰਹੇ ਆ ਕਿਉਂਕਿ ਇਹ ਮਕਦਮੇ ਦੇ ਵਿੱਚ ਜਿਦਾਂ ਆਪਣੇ ਪੰਜਾਬੀ ਵਿੱਚ ਕਹਿੰਦੇ ਮਾਲ ਮਕਦਮਾ ਜੀ ਫਲਾਣੇ ਤੋਂ ਆਹ ਚੀਜ਼ ਪੜੀ ਗਈ ਆ ਤੇ ਮਕਦਮੇ ਵਿੱਚ ਪੇਸ਼ ਕਰਨੀ ਪੈਣੀ ਆ ਉਹਨਾਂ ਚਿਰ ਮਾਲਖਾਨੇ 'ਚ ਹੁੰਦੀ ਆ ਤੇ ਜਿੱਦਨ ਉਹ ਕਹਿੰਦੇ ਜਿੱਦਾਂ ਬਾਲਮ ਕਦਮਾ ਹੁੰਦਾ ਇਹ ਵੀ ਕਹਿੰਦੇ ਜੀ ਕਿਉਂਕਿ ਉਸ ਘਟਨਾ ਨਾਲ ਸੰਬੰਧਿਤ ਹੈ ਜਿਹਦੀ ਅੱਜ ਅਦਾਲਤ ਵਿੱਚ ਸੁਣਵਾਈ ਹੋਣੀ ਹੈ ਅਸੀਂ ਉਹਨੂੰ ਰੀਫਰੈਸ਼ ਕਰਨ ਵਾਸਤੇ ਲੋਕਾਂ ਦੀ ਯਾਦਗਾਰ ਜਿਹੜੀ ਆ ਉਹਨੂੰ ਤਾਜ਼ਾ ਕਰਨ ਵਾਸਤੇ ਫਿਰ ਛਾਪਿਆ ਪਰ ਇਹਦੇ ਉੱਤੇ ਪਾਕਿਸਤਾਨ ਨੇ ਵੀ ਬੜਾ ਜ਼ਬਰਦਸਤ ਰੋਸ ਕੀਤਾ ਕੁਝ ਹੋਰ ਦੇਸ਼ਾਂ ਨੇ ਵੀ ਕੀਤਾ ਕੁਝ ਮੀਡੀਆ ਚੈਨਲਾਂ ਨੇ ਵੀ ਜਿਹੜੇ ਇਸਲਾਮ ਨਾਲ ਜੁੜੇ ਹੋਏ ਆ ਉਹਨਾਂ ਨੇ ਵੀ ਕੀਤਾ ਚੰਗਾ ਹੁੰਦਾ ਨਾ ਛਾਪਿਆ ਜਾਂਦਾ ਹੁਣ ਅੱਗੋਂ ਫਰਾਂਸ ਦੀ ਸਰਕਾਰ ਨੂੰ ਇਹ ਸਾਰਾ ਕੁਝ ਸੰਭਲਣਾ ਪਵੇਗਾ ਨੀਤੀ ਕੱਲ ਨੂੰ ਕੋਈ ਵੱਡੀ ਘਟਨਾ ਉੱਥੇ ਵੀ ਵਾਪਰ ਸਕਦੀ ਹੈ ਬਿਹਤਰ ਸੀ ਕਿ ਇਹ ਇਸ ਮੌਕੇ ਤੇ ਨਾ ਛਾਪਿਆ ਜਾਂਦਾ ਪਰ ਉਹ ਛਾਪਣ ਵਾਲੇ ਜਿਹੜੇ ਉਹ ਆਖੀ ਜਾਂਦੇ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੇ ਇਸ ਤਰ੍ਹਾਂ ਦੀਆਂ ਆਜ਼ਾਦੀਆਂ ਦੀ ਵਰਤੋਂ ਕਰਨਗੇ ਆਜ਼ਾਦੀ ਕੋਈ ਵੀ ਆਜ਼ਾਦੀ ਸੰਪੂਰਨ ਨਹੀਂ ਹੁੰਦੀ ਤੁਸੀਂ ਇੱਥੇ ਕਹਦੇ ਹੋ ਸੰਪੂਰਨ ਆਜ਼ਾਦੀ ਹੈ ਕੋਈ ਖੰਭੇ ਚੱਲੇ ਕੋਈ ਸਜੇ ਚੱਲੇ ਸੰਪੂਰਨ ਆਜ਼ਾਦੀ ਹੈ ਤੇ ਉਹਦਾ ਨਤੀਜਾ ਕੀ ਨਿਕਲੇਗਾ ਉੱਥੇ ਅੱਧੇ ਲੋਕ ਸੜਕ ਦੇ ਉੱਤੇ ਇੱਕ ਦੂਜੇ 'ਤੇ ਵੱਜ ਕੱਢ ਗਏ ਹੋਣਗੇ ਆਖਰਕਾਰ ਕੋਈ ਤਾਂ ਡਿਸਪਲਿਨ ਰੱਖਣਾ ਪੈਗਾ ਜੇ ਖੁੱਲੀ ਛੁੱਟੀ ਦੇ ਦਿਓ ਕਿ ਅਜੇ ਤਹਰ ਪੁਲਿਸ ਨੂੰ ਕਿਸੇ ਨੂੰ ਗ੍ਰਿਫਤਾਰਨਿਆ ਕਰੂ ਔਰ ਜਿੱਦਾਂ ਅਜੇ 4 ਦਿਨ ਪਹਿਲਾਂ ਸਾਡੇ ਜਲੰਧਰ ਚ ਹੋਇਆ ਕੁੜੀ ਜਾਂਦੀ ਪਈ ਸੀ ਉਹਦਾ ਪਰਸਕਿਰਚਨ ਲੱਗੇ ਤੇ ਲਟੇਰਾ ਉਹਨੇ ਢਾ ਲਿਆ ਤੇ ਲਟੇਰੇ ਨੇ ਜਾਤਰ ਕੱਢ ਕੇ ਉਹਦਾ ਗੁੱਟ ਵੜਤਾ ਜੇ ਅਸੀਂ ਇਹ ਖੁੱਲੀ ਆਜ਼ਾਦੀ ਦੇ ਦਈਏ ਕਿ ਪੁਲਿਸ ਕੋ ਨਹੀਂ ਫੜੂਗੀ ਤੇ ਫਿਰ ਅੱਜ ਸ਼ਾਮ ਤੱਕ ਅੱਧੇ ਲੋਕਾਂ ਦੀਆਂ ਧੀਆਂ ਘਰੇ ਨਹੀਂ ਆਉਣਗੀਆਂ ਜੇ ਅਸੀਂ ਖੁੱਲੀ ਆਜ਼ਾਦੀ ਦੇ ਦਈਏ ਕਿ ਪਿੰਡਾਂ ਵਿੱਚ ਜੋ ਮਰਜ਼ੀ ਕਰੋ ਤੇ ਆ ਜਿਹੜੇ ਬਿਜਲੀ ਵਾਲਿਆਂ ਨੂੰ ਚੈੱਕ ਕਰਨ ਗਿਆ ਉਹਨੂੰ ਫੜ ਕੇ ਕੀੜਿਆਂ ਦੇ ਭੌਣ ਤੇ ਮਿਠਾਉਂਦੇ ਆ ਇਹ ਕੀ ਕਰਨਗੇ ਇਹ ਸਾਰਾ ਕੁਝ ਜਿਹੜਾ ਖੁੱਲੀ ਆਜ਼ਾਦੀ ਕਿਸੇ ਥਾਂ ਤੇ ਵਿਚਾਰ ਦੇ ਪੱਖ ਤੋਂ ਵੀ ਆਜ਼ਾਦੀ ਚਾਹੀਦੀ ਹੈ ਅਸੀਂ ਵੀ ਮੰਗਦੇ ਹਾਂ ਪਰ ਸਾਡੀ ਆਜ਼ਾਦੀ ਕਿਸੇ ਵੀ ਤਰੀਕੇ ਕਿਸੇ ਦੂਸਰੇ ਨੂੰ ਚੁੰਡੀਆਂ ਵੰਡਣ ਦੀ ਕਿਸੇ ਦੂਸਰੇ ਦੀ ਬੇਇਜ਼ਤੀ ਕਰਨ ਦੀ ਕਿਸੇ ਦੂਸਰੇ ਦੇ ਧਰਮ ਦੇ ਉੱਤੇ ਸਿੱਧੇ ਟਕੋਰ ਕਰਨ ਦੀ ਇਹੋ ਜਿਹੀ ਟਕੋਰ ਕਿ ਬੰਦਾ ਮਰਨ ਮਾਰਨ ਨੂੰ ਤਿਆਰ ਹੋ ਜਾਏ ਇਸ ਹੱਦ ਤੱਕ ਨਹੀਂ ਜਾਣੀ ਚਾਹੀਦੀ ਇਹਦੇ ਤੋਂ ਥੋੜਾ ਜਿਹਾ ਪਰਹੇਜ਼ ਕੀਤਾ ਜਾਣਾ ਚਾਹੀਦਾ ਲੱਗਦਾ ਇਹ ਹੈ ਕਿ ਸ਼ਾਰਲੀ ਹੈਵਡੋ ਕੋਈ ਥੋੜਾ ਜਿਹਾ ਜ਼ਰੂਰਤ ਤੋਂ ਜ਼ਿਆਦਾ ਚਲਾ ਗਿਆ ਐਸਾ ਤੱਕ ਨਹੀਂ ਜਾਣਾ ਚਾਹੀਦਾ ਉਸ ਘਟਨਾ ਦਾ ਜ਼ਿਕਰ ਕੀਤਾ ਜਾ ਸਕਦਾ ਸੀ ਸਾਰਾ ਜ਼ਿਕਰ ਕਰ ਲੈਂਦੇ ਪਰ ਆ ਜਿਹੜੇ ਕਾਰਟੂਨ ਸੀ ਇਹ ਆਸ ਮੁੱਕ ਕੇ ਦੁਬਾਰਾ ਛਾਪ ਕੇ ਇਸ ਤਰ੍ਹਾਂ ਦੀ ਜਿਹੜੀ ਗਰਮਾਟ ਹੈ ਇਸ ਤਰ੍ਹਾਂ ਦੇ ਜਿਹੜੇ ਕੜਤਣ ਉਹ ਨਵੇਂ ਸਿਰੋਂ ਪੈਦਾ ਨਹੀਂ ਸੀ ਕਰਨੀ ਚਾਹੀਦੀ ਚੜਾਉਣ ਵਾਲੀ ਗੱਲ ਇੱਕ ਵਾਰ ਦੁਬਾਰਾ ਤੁਸੀ ਸਮਾ ਸਮਾ ਕੱਢਿਆ ਬੰਸਾ ਬਹੁਤ ਧੰਵਾਦ ਜੀ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇਥੇ ਸਮਾਪਤ ਕਰਦੇ ਹਾਂ ਜੀ ਆਪਣੀ ਫੀਡਬੈਕ ਵੀ ਸਰ ਤੱਕ ਪਹੁੰਚਾਉਂਦੇ ਰਹਿਣਾ ਉਹਦੇ ਇੱਕ ਤਰ੍ਹਾਂ ਆਪਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ